ओके दोस्तों, ये है मेरे पति एंड बहुत ज़्यादा ओवर स्मार्ट बनते हैं। जब हमारा जाने का समय आ जाता है ना, तो फिर ये कहते हैं कि मैं कुछ तो करूँगा, कितना अपने आप हर्ट करूँ, तो वॉलीबॉल खेलने के लिए चले गए। इनको लगा कि बहुत बड़े स्टार हैं, वहाँ पर सबसे अच्छा खेलेंगे, खेलते भी होंगे, बट अपने बूट नहीं कस दे, तस्मे खुले रहंदे आ, मुड़ गया। कि मैं ना अपनी उम्र जेड़ी आ ओ रिलाइज नहीं कर पांदा। बहु उम्र तो दी नहीं है, 35 प्लस 40 प्लस ना कह दो कि क्योंकि मैं अंदरों मैं स्टिल आई फील लाइक 19। मेरी बॉडी जेड़ी आ मेरा साथ। ओके दोस्तों, तो फिर मंदभागी घटना क्या हुई है कि आज हस्बैंड गए थे वॉलीबॉल खेलने के लिए, वॉलीबॉल आने प्यार नु मोच आ गई शायद, अगली पैर वखाला पिया ते बस सुन, इन्होंने आराम करना 5-7 दिन। मेरी आज पेडीक्योर दी अपॉइंटमेंट भी सी, मेरे पैर ते सट लगना। मैं सॉरी, पेडीक्योर कर दो तू ही कल्लू। एक्चुअली ना डे जान दा टाइम हो रहा ते मैं जाना नहीं चाहता इथों, ते मैं चाहना कि किते कोई फ्रैक्चर हो जाए ते मेनू टंग देन। टंग देन लत मेरी टंग देन ते 3 महीने मैं इत्थे बैठा रहूं। फिर चंगी तरह तड़ाना ही ना, ਅਹੀਂ ਉੱਥੇ ਵੀ ਤਾਂ ਮਜ਼ੇ ਹੀ ਕਰਦੇ ਨਹੀਂ। ਅਗਰ ਤੁਹਾਡੇ ਫ੍ਰੈਕਚਰ ਨਹੀਂ ਹੋਊਗਾ ਤਾਂ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਗੇ। ਇੱਥੇ ਰਹਿਣ ਨਹੀਂ ਦੇਣਗੇ, ਘਰ ਦੇ ਫ੍ਰੈਕਚਰ ਨਹੀਂ ਰਹਿਣ ਦੇਣਗੇ। ਮੈਨੂੰ ਤਾਂ ਬਿਜ਼ਨਸ ਕਲਾਸ ਦੀ ਟਿਕਟ ਦੇ ਕੇ ਦੇ, ਉਹਨੇ ਕਹਿਣਾ ਤੁਸੀਂ ਕਹਿਣਾ ਚੌਕ ਨਹੀਂ ਜਾ ਭਰਾ, ਤੂੰ ਇੱਥੋਂ ਮਸ ਕਰ, ਤੂੰ ਨਹੀਂ ਉਹ ਰੱਖਾਂਦਾ। ਓਕੇ, ਸੋ ਅੱਜ ਕੀ ਖਵਾਓਗੇ ਬਾਹਰੋਂ? ਅੱਜ ਮੇਰਾ ਨਾ ਬ੍ਰਦਰ ਇਨ ਲਾਅ ਇੱਕ ਗੋਲਗੱਪੇ ਵਾਲੇ ਨਾਲ ਪੱਕਾ ਕਰਕੇ ਆਏ ਦਾ ਕਿ ਸ਼ਾਮ ਨੂੰ ਅਸੀਂ ਸਾਰੀ ਫੈਮਿਲੀ ਨੇ ਗੋਲਗੱਪੇ ਖਾਣੇ ਆਉਣਾ ਹੈ, ਪਰ ਕੋਇੰਸੀਡੈਂਟਲੀ ਮੈਂ ਔਰ ਮੇਰੇ ਹਸਬੈਂਡ ਆਉਂਦੇ ਆਉਂਦੇ ਉਹਦੇ ਕੋਲ ਗੋਲਗੱਪੇ ਖਾ ਆਏ ਹਾਂ। So that's the news so far. ਚੰਗਾ ਵਿਆਰੀਏ। ਔਰ ਇੱਥੇ ਫਰੂਟਸ ਨਹੀਂ ਮਿਲਦੇ ਮੈਨੂੰ, ਕੋਈ ਅਮਰੂਦ ਕੱਟ ਕੇ ਦੇ ਦੇ ਮੈਨੂੰ, ਬਿਮਾਰ ਹੋ ਗਿਆ ਮੈਂ। ਅਮਰੂਦ ਦੇ ਦਿੰਦੇ ਆਈ, ਆਪਣੀ ਸੇਵਾ ਹੀ ਕਰਾਉਂਦਾ ਰਹਿੰਦਾ ਮੈਂ। ਹੈਲੋ ਪਿਆਰੇ ਦੋਸਤੋ, ਕੈਸੇ ਹਾਲ ਚਾਲ ਹੈ? ਉਮੀਦ ਹੈ ਕਿ ਆਪ ਲੋਕ ਅੱਛੇ ਹੋਣਗੇ। ਸੋ ਅੱਜ ਪਤਾ ਨਹੀਂ ਕਿਹੜਾ ਦਿਨ ਆ ਔਰ ਕਿਹੜੀ ਸ਼ਾਮ। ਸੋ ਅੱਜ ਸੰਡੇ ਹੈ ਔਰ ਬਹੁਤ ਲੰਬਾ ਸਮਾਂ ਹੋ ਗਿਆ ਕਿ ਮੈਂ ਵੀਡੀਓ ਅਪਲੋਡ ਨਹੀਂ ਕੀ ਹੈ। ਕੁਝ ਅਨਫੋਰਚੁਨੇਟ ਸਿਚੁਏਸ਼ਨ ਹੋ ਗਈ, ਹੁਆ ਯੂੰ ਕਿ ਮੈਂ ਇੱਕ ਵਲੋਗ ਐਡਿਟ ਕਰੀ ਸੀ ਔਰ ਵੋ ਵਲੋਗ ਕੋ ਮੈਨੇ 3-4 ਡਿਫਰੈਂਟ ਚੀਜ਼ੋ ਸੇ ਸ਼ੂਟ ਕੀਆ ਥਾ, ਗੋਪ੍ਰੋ ਪੇ, ਕੈਮਰੇ ਪੇ, ਦੂਸਰੇ ਕੈਮਰੇ ਪੇ, ਹਸਬੈਂਡ ਕੇ ਫੋਨ ਪੇ, ਮੇਰੇ ਫੋਨ ਪੇ। ਤੋ ਬਹੁਤ ਮੁਸ਼ਕਿਲ ਸੇ ਮੈਨੇ ਉਸ ਫੁਟੇਜ ਕੋ ਸੋਰਟ ਆਊਟ ਕੀਆ ਕਿ ਕੌਨ ਸੀ ਫੁਟੇਜ ਕਹਾਂ ਕੀ ਹੈ, ਐਂਡ ਦੈਨ ਐਡਿਟ ਕਰਨਾ ਸ਼ੁਰੂ ਕੀਆ। 4-5 ਘੰਟੇ ਐਡਿਟ ਕੀਆ ਔਰ ਫਿਰ ਵੋ ਜੋ ਮੇਰੀ ਹਾਰਡ ਡਿਸਕ ਤੀ ਨੀਚੇ ਡਿੱਗ ਗਈ। ਵੈਸੇ ਤੋ ਮੈਂ ਮੇਰੀ ਹਾਰਡ ਡਿਸਕ ਪੇ ਕਵਰ ਚੜਾ ਕੇ ਰੱਖਦੀ ਹਾਂ, ਪਰ ਉਸ ਪਰ ਨਹੀਂ ਮੈਂ ਚੜਾਇਆ ਥਾ। ਔਰ ਉਹ ਬਹੁਤ ਵਾਰ ਹੁੰਦਾ ਕਿ ਅਗਰ ਹਾਰਡ ਡਿਸਕ ਨੀਚੇ ਡਿੱਗ ਜਾਏ ਤਾਂ ਚੱਲਦੀ ਰਹਿੰਦੀ ਹੈ, ਬਟ ਕਈ ਵਾਰ ਉਹ ਬੰਦ ਹੋ ਜਾਂਦੀ ਹੈ। ਬਹੁਤ ਵਾਰ ਐਸੇ ਹੁੰਦਾ ਹੈ। ਸੋ ਮੇਰੀ ਸਾਰੀ ਮਿਹਨਤ ਬੇਕਾਰ ਹੋ ਗਈ, ਉਸ ਤੋਂ ਬਾਅਦ ਮੇਰਾ ਨਾ ਦੁਬਾਰਾ ਸੇ ਉਹੀ ਸਾਰੀ ਚੀਜ਼ ਕਰਨ ਕੇ ਲਈ ਮਨ ਨਹੀਂ ਕੀਆ। ਸੋ ਅਬ ਮੈਂ ਸੋਚ ਰਹੀ ਥੀ ਕਿ ਮੈਂ ਉਸਕੋ ਐਡਿਟ ਕਰਕੇ ਅਪਲੋਡ ਕਰੂੰ, ਪਰ ਮੇਰਾ ਦਿਲ ਨਹੀਂ ਕਰਨ ਦਿਆ। ਅਗਰ ਆਪਕਾ ਮਨ ਨਹੀਂ ਕਰੇ ਤੋ ਫਿਰ ਕੈਸੇ ਕਰੇਂਗੇ? ਸੋ ਮੈਨੇ ਸੋਚਿਆ ਕਿ ਅੱਜ ਕਾ ਵਲੋਗ ਸ਼ੂਟ ਕਰਦੇ। ਨਹੀਂ ਨਹੀਂ, ਮੇਰਾ ਨਹੀਂ ਮਨ ਨਹੀਂ ਕਰਨਾ। ਸੋ ਫਿਰ ਮੈਂ ਸੋਚਿਆ ਹੈ ਕਿ ਅੱਜ ਕਾ ਫਰੈਸ਼ ਵਲੋਗ ਬਣਾਤੇ, ਵਾਪਸ ਆਤੇ ਉਸ ਲੈਵਲ ਪੇ, ਫਿਰ ਧੀਰੇ ਧੀਰੇ ਉਸਕਾ ਵੀ ਮਨ ਕਰ ਜਾਏਗਾ ਉਸਕੋ ਐਡਿਟ ਕਰਨ ਕਾ ਵੀ। ਸੋ ਇਸ ਲਈ ਲਾਈਫ ਅਪਡੇਟ ਕੇ ਸਾਥ ਆਈ ਹੂੰ ਮੈਂ। ਸੋ ਫਾਰ ਅਬ ਮੈਂ ਵਲੋਗ ਕਰ ਰਹੀ ਹੂੰ, ਇਸੀ ਕੋ ਮੈਂ ਐਡਿਟ ਕਰਕੇ ਅਪਲੋਡ ਕਰੂੰਗੀ। ਔਰ ਮੇਰੀ ਜੋ ਸਿਸਟਰ ਇਨ ਲਾਅ ਹੈ ਵੋ ਮਟਰ ਵਾਲੇ ਰਾਈਸ ਬਣਾ ਰਹੀ ਹੈ ਹਮਾਰੇ ਲਈ। ਉਸਕੇ ਬਾਅਦ ਮੈਂ ਔਰ ਵੋ ਦੋਨੋਂ ਜਾਏਂਗੇ ਥੋੜ੍ਹੀ ਸੀ ਫੈਬਰਿਕ ਕੀ ਸ਼ਾਪਿੰਗ ਕਰਨੇ ਕੇ ਲੀਏ, ਕਿਉਂਕਿ ਮੁਝੇ ਕੁਛ ਕੁਛ ਸਿਲਵਾਨਾ ਹੈ, ਛੋਟੇ ਮੋਟੇ ਪੀਸਿਸ। ਐਂਡ ਹੋ ਸਕਦਾ ਸ਼ਾਮ ਕੋ ਹਮ ਗੋਲ ਗੱਪੇ ਖਾਣੇ ਜਾਏ ਅਗੇਨ। ਐਂਡ ਔਰ ਅੱਜ ਹਮ ਡਾਕਟਰ ਕੇ ਪਾਸ ਵੀ ਗਏ ਥੇ, ਡਰਮਾਟੋਲੋਜਿਸਟ ਕੇ ਪਾਸ, ਮੈਂ ਮੇਰੀ ਹਾਈਪਰ ਪਿਗਮੈਂਟੇਸ਼ਨ ਕਾ ਇਲਾਜ ਕਰਾਣੇ ਕੇ ਲੀਏ। ਵੈਸੇ ਜੋ ਇੰਕੀਲਿਸ ਕੇ ਪ੍ਰੋਡਕਟ ਹੈ ਮੁਝ ਪੇ ਕਾਮ ਕਰ ਰਹੇ, ਪਰ ਬਿਕੋਜ਼ ਡਰਮਾਟੋਲੋਜਿਸਟ ਸੇ ਮਿਲਣਾ ਵਹਾਂ ਪੇ ਬਹੁਤ ਜ਼ਿਆਦਾ ਮੁਸ਼ਕਿਲ ਕਿਸਮ ਕਾ ਹੋਤਾ ਹੈ, ਤੋ ਮੈਨੇ ਸੋਚਾ ਕਿ ਯਹਾਂ ਪੇ ਡਰਮਾਟੋਲੋਜਿਸਟ ਕੇ ਪਾਸ ਮਿਲ ਜਾਤੇ ਹੈ। ਸੋ ਵੋ ਮੈਨੇ ਟ੍ਰੀਟਮੈਂਟ ਲੈ ਕੇ ਆਈ ਹੂੰ, ਐਕਸਾਈਟਡ ਹੂੰ ਕਿ ਵੋ ਸ਼ਾਇਦ ਮੁਝ ਪੇ ਕਾਮ ਕਰੇਗਾ। ਐਂਡ ਯਾ, ਕਾਫੀ ਸਾਰੀ ਚੀਜ਼ ਦੀ ਉਸਨੇ, ਫੇਸ ਵਾਸ਼ ਦੀ ਹੈ ਇੱਕ, ਟ੍ਰਾਪਿਕਲ ਕਰੀਮਸ ਦੀ ਹੈ ਦੋ, ਖਾਣੇ ਕੇ ਲੀਏ ਵੀ ਕੁਛ ਦੀਆ ਹੈ, ਐਂਡ ਸਨਸਕ੍ਰੀਨ ਲਗਾਣੇ ਕੇ ਲੀਏ ਕਹਾ ਹੈ। ਔਰ ਮੈਨੇ ਕਹਾ ਕਿ ਮੈਂ ਸਨਸਕ੍ਰੀਨ ਆਲਮੋਸਟ 2-3 ਵਾਰ ਲਗਾਤੀ ਹੂੰ ਦਿਨ ਮੇ। ਸੋ ਫਾਰ ਦਿਸ ਇਜ਼ ਦਾ ਨਿਊਜ਼, ਥੋੜ੍ਹੀ ਦੇਰ ਮੈਂ ਮਿਲਤੀ ਹੂੰ ਆਪਕੋ ਮੈਂ। ਐਂਡ ਆਹ ਟੁੱਟੇ ਲੱਤ ਵਾਲਾ ਸੈਰ ਕਰ ਰਹਾ ਹੈ, ਚਾਰੇ ਪੇ ਤਰਸ ਹੀ ਆਤਾ ਹੈ। ਦੇਖਾ ਕੁਝ ਵੀ ਨਹੀਂ ਹੋਇਆ ਮੇਰੇ ਤੇ, ਕੁਝ ਸੱਟ ਲੱਗੀ ਹੀ ਨਹੀਂ, ਮੈਂ ਤਾਂ ਡਿੱਗ ਗਿਆ ਹੀ ਨਹੀਂ। You're not alone, makes it hard.
ਨਾਲ ਵੀ ਬਣੀ ਹੋਈ ਮਾੜੀ ਜੀ ਨਮਸਕਾਰ ਪਿਆਰੇ ਦੋਸਤੋ ਕੈਸੇ ਹਾਲ ਚਾਲ ਨੇ ਉਮੀਦ ਹੈ ਕਿ ਆਪ ਲੋਕ ਅੱਛੇ ਹੋਣਗੇ ਅੱਜ ਮੈਂ ਬਣਾਉਣ ਵਾਲੀ ਹਾਂ ਦਾਲ ਮੱਖਣੀ ਬਹੁਤ ਸਮੇਂ ਤੋਂ ਬਣਾਉਣਾ ਚਾਹਤੀ ਸੀ ਪਰ ਬਣਾ ਨਹੀਂ ਪਾਈ ਹਾਂ ਕਿਉਂਕਿ ਹਮ ਲੋਕ ਘੁੰਮਣ ਫਿਰਨ ਮੇਂ ਬਿਜ਼ੀ ਥੇ ਐਂਡ ਦੂਸਰੀ ਚੀਜ਼ ਹੈ ਕਿ ਹਿੰਮਤ ਕੋ ਦਾਲ ਮੱਖਣੀ ਬਹੁਤ ਜ਼ਿਆਦਾ ਅੱਛੀ ਲੱਗਦੀ ਹੈ मेरे स्टाइल की पर मैंने आज सोचा है कि वही रेसिपी को फॉलो करेंगे जैसे मैं स्लो कुक करती हूँ पर आज हम स्लो कुक करेंगे चूल्हे पे क्योंकि जगह इस पे कुक करने का स्टाइल है वो डिफरेंट है सो यस मैंने दाल को रख दिया है ऑलरेडी इसमें मैंने सिर्फ ऐड किया है थोड़ा सा ऑयल नमक जीरा पाउडर धनिया पाउडर एंड तेज पत्ता एंड काली मिर्च इस दाल में बहुत अच्छी लगती है अब इसको स्लो कुक होने देंगे एंड देन हम इसको तड़का लगाएंगे लेटर मैं चाहती हूँ कि लंच के समय पर रेडी हो जाए और हमारे यहाँ पे समय अराउंड 11 हो रहा है 11 हमेशा जब भी मैं घड़ी देखती हूँ ना तो एंजल नंबर ही आता है सी हाउ क्यूट एन एंजल आई एम ओके अगर आप मेरे चैनल पर पहली बार आए हैं तो आपको पता नहीं होगा कि मुझे मेरी खुद की तारीफ़ करना बहुत अच्छा लगता है सो दैट्स दैट और अब इससे मैं ना थोड़ा चना दाल भी ऐड करूँगी क्योंकि वो जो चना दाल है ना वो इसको बॉडी दे देती है वो ऐसे स्मूथ पेस्ट बन जाता है क्योंकि माँ की दाल को खड़ा खड़ा रहना अच्छा लगेगा मुझे ये मेरी मम्मी लेके आई हैं धो के चना दाल अच्छा चना दाल भी काट दी है कितनी पिड्डी पिड्डी सी है फुल्ली नहीं ना ठीक है थैंक यू वेरी मच और इस दाल को हम अकेला छोड़ देंगे इससे ज़्यादा परेशान नहीं करेंगे क्योंकि अपने आप होती रहेगी क्योंकि लोड तो हम लंच खाएंगे अराउंड 2-3 बजे के करीब तब तक होती रहेगी 11-12-1-2 घंटे तक करते हैं वैसे ये जो माँ की दाल है ना ये हमारे घर के खेत की है तो ये बहुत जल्दी गल जाती है बहुत पिद्दी सी एंड बहुत क्यूट है पर फिर भी मैंने इसको भिगो के रखा था ओवरनाइट क्योंकि मुझे लगता है कि जब आप भिगो के रखते हैं ना इसका फ्लेवर डिफरेंट बनता है एंड फ्लेवर बहुत अच्छा होता है एंड वैसे भी जो इसकी इसमें बुराइयाँ हैं दाल में वो रात भर भिगोने से कम हो जाती हैं और एक और चीज़ अगर आप माँ की दाल के शौकीन हैं तो मैं आपको रेकमेंड करूँगी कि माँ की दाल जब आप कुक करें तभी खाएं ज़्यादा पुरानी दाल मत खाएं वो अच्छी नहीं है आपकी सेहत के लिए स्पेशली आपके जोड़ों के लिए सो ये है इन्फॉर्मेशन अबाउट दाल अब मैं आपको थोड़ी देर में मिलती हूँ और शायद मैं दाल को रख के अपने बालों को कटाने के लिए भी चली जाऊँ कोई प्रॉब्लम नहीं आ गए ओहो डोंगा गाइस मैंने अंदर रखते हैं डोंगा मुझे अंदर नहीं रखना चाहिए मेरी कशी गंदी है गाइस आई एम ईटिंग दाल मम्मी स्टाइल क्यों चॉकलेट 100% सेम जनरल स्वाद है या नहीं ओके दोस्तों उस दिन हमने दाल मखनी बनाई थी और हस्बैंड किसी काम से चले गए अमृतसर एंड फिर वो खा नहीं पाए बहुत लेट नाइट आए और मैंने वीडियो शूट नहीं की है वैसे मैंने सबके रिव्यूज़ लिए थे सबको बहुत अच्छी लगी थी पर फिर भी ना वो सारी वीडियो में से मिस हो गई है दोबारा से रिव्यू लेते हैं कि किसको कैसी लगी थी आई होप अच्छे रिव्यूज़ देंगे फिंगर्स क्रॉस्ड उस दिन तो ये अमृतसर चल गए ही तो मेरी दाल की रिव्यू पूरा नहीं होया तो वधिया लगी ही दाल दाल वधिया लगी उस दिन जगू तेन दोबारा दाल बनावा मैं तेरे लिए ओके सो सबके रिव्यूज ले लिए उम्मीद है कि उनके रिव्यूज अच्छे एंड सच्चे होंगे एंड आज के व्लॉग के लिए बस इतना ही जल्दी मिलते हो दोबारा बाय बाय एवरीबॉडी आई एम डन विद यू गाइस ओके